देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। पर जदों असीं अंदर गए तां कहिंदे वी तुहाडा नाम नहीं हैगा। असीं फिर उत्थे गेट ते बहि के नारे लाए 26 जनवरी नूं उहदा जिहड़ा भेत खुल गया। जिस वेले उह झंडा चला रहे ने जां उत्थे तोड़फोड़ कर रहे ने, पुलिस आराम नाल कुर्सियां ते बैठी है। जदों हो गया उस तो बाद कहिंदे जी बस अपना काम हो गया, ते जिहड़े करन आए सी इह काम उह मोटरसाइकलां ते बहि के आराम नाल निकल गए। बजट सत्र अज तो शुरू हो गया, राष्ट्रपति का अभिभाषण होया। उस तो पहला किसानी बिल नूं लै के आम आदमी पार्टी संसद भगवंत मान ने आवाज़ बुलंद की, अंदर जाके धरना भी लाया। की कुछ होया सुना गए भगवंत मान थोड़ी जवानी मान साहब की अंदर नहीं जान दिता या तुसी उत्थे बैठ गए धरना ला? देखो असी फैसला किया सीगा कि असी बाइकाट करन दी जगह ते असी अंदर जाके राष्ट्रपति जी दी अखां ते कन्नां दे नेड़े जाके सरकार दी अखां ते कन्नां दे सामने असी इन्हां बिलां दा विरोध करांगे। पर जदों असी अंदर गए ਤਾਂ ਕਹਿੰਦੇ ਵੀ ਤੁਹਾਡਾ ਨਾਮ ਨਹੀਂ ਹੈਗਾ। ਸੈਂਟਰਲ ਹਾਲ ਦੇ ਗੇਟ 'ਤੇ ਰੋਕ ਲਿਆ ਸਾਨੂੰ, ਉੱਥੇ 20-25 ਮਾਰਸ਼ਲ ਲਾਏ ਹੋਏ ਸੀ ਪਹਿਲਾਂ ਹੀ। ਅਸੀਂ ਕਿਹਾ ਵੀ ਨਾਮ ਕਿਉਂ ਨਹੀਂ ਹੈਗਾ, ਅਸੀਂ ਅੰਦਰ ਜਾਣਾ। ਇੱਕ ਵਾਰ ਤਾਂ ਸਰਕਾਰ ਬੇਨਤੀ ਕਰ ਰਹੀ ਹੈ ਵਿਰੋਧੀ ਪਾਰਟੀਆਂ ਨੂੰ ਕਿ ਬਾਈਕਾਟ ਨਾ ਕਰੋ, ਅੰਦਰ ਆਓ ਅਤੇ ਗੱਲ ਕਰਨ ਨੂੰ ਤਿਆਰ ਹਾਂ। ਜੇ ਅਸੀਂ ਅੰਦਰ ਜਾਂਦੇ ਹਾਂ ਤਾਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਤਾਂ ਅਸੀਂ ਫਿਰ ਉੱਥੇ ਗੇਟ 'ਤੇ ਬਹਿ ਕੇ ਨਾਅਰੇ ਲਾਏ ਕਿ ਕਿਸਾਨਾਂ ਦਾ ਜਿਹੜਾ ਇਹ ਅੰਦੋਲਨ ਹੈ ਇਹਨੂੰ ਬਦਨਾਮ ਨਾ ਕਰੋ। ਕੁਛ ਸ਼ਰਾਰਤੀ ਅਨਸਰ ਜਿਹੜੇ ਨੇ ਆ ਸਰਕਾਰ ਨੇ ਆਪਣੇ ਬੰਦੇ ਪਾ ਕੇ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਜਿਹੜੀ ਸਕੀਮ ਸਾਜਿਸ਼ ਰਚੀ ਸੀ 26 ਜਨਵਰੀ ਨੂੰ ਉਹਦਾ ਜਿਹੜਾ ਭੇਤ ਖੁੱਲ੍ਹ ਗਿਆ। ਅਤੇ ਇਹ ਅੰਦੋਲਨ ਜਿਹੜਾ ਉਹ ਅਸਲੀ ਕਿਸਾਨ ਤਾਂ ਉਹ ਸ਼ਾਂਤੀਪੂਰਵਕ ਟਰੈਕਟਰ ਮਾਰਚ ਕਰਕੇ ਉੱਥੇ ਹੀ ਚਲੇ ਗਏ। ਹੁਣ ਜਿਹੜੇ ਲਾਲ ਕਿਲੇ 'ਤੇ ਆਏ ਸੀਗੇ ਸਮਾਜ ਵਿਰੋਧੀ ਅਨਸਰ, ਜਿਨ੍ਹਾਂ ਨੂੰ ਸਰਕਾਰ ਨੇ ਸ਼ਹਿ ਦਿੱਤੀ ਕਿ ਤੁਸੀਂ ਕਰ ਲਓ ਕੰਮ ਆਪਣਾ, ਜਿਸ ਵੇਲੇ ਉਹ ਝੰਡਾ ਚਲਾ ਰਹੇ ਨੇ ਜਾਂ ਉੱਥੇ ਤੋੜਫੋੜ ਕਰ ਰਹੇ ਨੇ, ਪੁਲਿਸ ਆਰਾਮ ਨਾਲ ਕੁਰਸੀਆਂ 'ਤੇ ਬੈਠੀ ਹੈ। ਜਦੋਂ ਹੋ ਗਿਆ ਉਸ ਤੋਂ ਬਾਅਦ ਕਹਿੰਦੇ ਜੀ ਬਸ ਆਪਣਾ ਕੰਮ ਹੋ ਗਿਆ, ਅਤੇ ਜਿਹੜੇ ਕਰਨ ਆਏ ਸੀ ਇਹ ਕੰਮ ਉਹ ਮੋਟਰਸਾਈਕਲਾਂ 'ਤੇ ਬਹਿ ਕੇ ਆਰਾਮ ਨਾਲ ਨਿਕਲ ਗਏ। ਠੀਕ ਹੈ, ਲੋਕ ਜਿਹੜੇ ਨੇ ਉਹਨਾਂ ਨੂੰ ਉੱਥੇ ਹੀ ਸਰਕਾਰ ਦੇ ਡੰਡਿਆਂ ਮੂਹਰੇ ਛੱਡ ਗਏ ਉਹ। ਸੋ ਇਸ ਕਰਕੇ ਅਸੀਂ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਰਾਸ਼ਟਰਪਤੀ ਦੇ ਸਾਹਮਣੇ ਉਠਾਉਣੀ ਸੀ, ਪਰ ਸਾਨੂੰ ਜਦੋਂ ਰੋਕ ਲਿਆ ਗਿਆ ਰਾਸ਼ਟਰਪਤੀ ਦਾ ਭਾਸ਼ਣ ਸ਼ੁਰੂ ਹੋਇਆ ਤਾਂ ਅਸੀਂ ਗੇਟ 'ਤੇ ਬੈਠ ਕੇ ਹੀ ਨਾਅਰੇ ਲਾਏ। ਗੇਟ 'ਤੇ ਬਹਿ ਕੇ ਹੀ ਅਸੀਂ ਕਿਸਾਨਾਂ ਦੇ ਹੱਕ 'ਚ ਆਵਾਜ਼ ਉਠਾਈ। ਅਤੇ ਜੇ ਵਿਰੋਧੀ ਪਾਰਟੀਆਂ ਨੂੰ ਅੰਦਰ ਨਹੀਂ ਜਾਣ ਦੇਣਾ ਪਾਰਲੀਮੈਂਟ 'ਚ, ਜੇ ਅੰਦਰ ਜਾਂਦੇ ਹਾਂ ਤਾਂ ਉੱਥੇ ਸਵਾਲ ਨਹੀਂ ਪੁੱਛਣ ਦੇਣਾ, ਅਤੇ ਜੇ ਕੋਈ ਬਿੱਲ ਦਾ ਵਿਰੋਧ ਕਰਦੇ ਹਾਂ ਉਹਦੀ ਵੋਟਿੰਗ ਨਹੀਂ ਕਰਾਉਣ ਦੇਣੀ, ਫਿਰ ਇਸ ਪਾਰਲੀਮੈਂਟ ਨੂੰ ਛੱਡ ਕੇ ਇੱਕ ਨਵੀਂ ਪਾਰਲੀਮੈਂਟ 1000 ਕਰੋੜ ਰੁਪਏ ਦੀ ਕਾਹਦੇ ਵਾਸਤੇ ਬਣਾ ਰਹੇ ਨੇ? ਘਰੀਂ ਬਹਿ ਕੇ ਕਰ ਲਿਆ ਕਰਨ ਸਾਰੇ ਫੈਸਲੇ। ਤਾਨਾਸ਼ਾਹੀ ਹੈ ਇਹ, ਇਹ ਪਹਿਲਾਂ ਦੇਸ਼ ਨੇ ਕਦੇ ਦੇਖੀ ਨਹੀਂ ਸੀ। ਐਮਰਜੈਂਸੀ ਵੇਲੇ ਆਪਾਂ ਹੈ ਨਹੀਂ ਸੀ, ਪਰ ਆਹ ਜਿਹੜੀ ਐਮਰਜੈਂਸੀ ਅਨਡਿਕਲੇਅਰਡ ਇਹ ਆਪਾਂ ਅੱਖੀ ਦੇਖੀ ਹੈ। ਬਹੁਤ ਜ਼ੁਲਮ ਕਰ ਰਹੀ ਹੈ ਸਰਕਾਰ ਔਰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅੰਦੋਲਨ ਨੂੰ, ਜਿਹੜਾ ਕਿ ਪਵਿੱਤਰ ਹੈ ਅਤੇ ਪਵਿੱਤਰ ਰਹੂਗਾ। ਇਸ ਤਰ੍ਹਾਂ ਦਾ ਹੁੰਦਾ ਕਦੀ ਕਿ ਸੰਸਦ ਜਿਹੜਾ ਅੰਦਰ ਅਲਾਓ ਨਹੀਂ ਹੁੰਦਾ, ਇਸ ਤਰ੍ਹਾਂ ਹੁੰਦਾ ਜਾਂ ਅੱਜ ਹੀ ਕੀਤਾ ਗਿਆ? ਇਹਨਾਂ ਜਿੱਥੇ ਰਾਸ਼ਟਰਪਤੀ ਨੇ ਭਾਸ਼ਣ ਦੇਣਾ ਸੀ ਉੱਥੇ ਆਪਣੇ ਮਨਪਸੰਦ ਦੇ 145 MPਾਂ ਦੀ ਸੂਚੀ ਬਣਾ ਲਈ ਸਰਕਾਰ ਨੇ, ਜਿਹੜੇ ਸਿਰਫ ਮੇਜ਼ ਥਪ ਥਪਾਉਣਗੇ, ਕੋਈ ਵਿਰੋਧ ਨਹੀਂ ਕਰਨਗੇ। ਠੀਕ ਹੈ ਨਾ? ਸੋ ਇਹ ਪਹਿਲਾਂ ਤੋਂ ਮੇਰੇ ਨਾਲ ਤਾਂ ਪਹਿਲੀ ਵਾਰ ਹੋਇਆ। ਇਹ ਜਿਹੜਾ ਰਾਸ਼ਟਰਪਤੀ ਜੀ ਦਾ ਹਰੇਕ ਸਾਲ ਬਜਟ ਸੈਸ਼ਨ ਦਾ ਸ਼ੁਰੂਆਤ ਕਰਨ ਲਈ ਰਾਸ਼ਟਰਪਤੀ ਆਉਂਦੇ ਆ, ਠੀਕ ਹੈ ਨਾ? ਮੈਨੂੰ 5 ਸਾਲ ਪਿਛਲੇ, 1.5 ਸਾਲ ਹੁਣ, ਯਾਨੀ ਕਿ 6 ਵਾਰ ਮੈਂ ਇਹ ਭਾਸ਼ਣ ਸੁਣੇ ਹੋਏ ਨੇ ਬਹਿ ਕੇ ਉੱਥੇ। ਠੀਕ ਹੈ ਨਾ? ਕੋਈ ਨਹੀਂ ਰੋਕਦਾ ਕਿਸੇ ਨੂੰ, ਪੂਰਾ ਫੁੱਲ ਹੁੰਦਾ। ਅਤੇ ਆ ਹੁਣ ਕਹਿੰਦੇ ਵੀ ਨਹੀਂ ਤੁਸੀਂ ਅੰਦਰ ਨਹੀਂ ਜਾ ਸਕਦੇ। ਸ਼ਾਇਦ ਜਿਹੜਾ 25 ਦਸੰਬਰ ਨੂੰ ਅਸੀਂ ਸੈਂਟਰਲ ਹਾਲ ਦੇ ਵਿੱਚ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਸੀ, ਸ਼ਾਇਦ ਉਹਦੇ ਕਰਕੇ ਸਾਡਾ ਨਾਮ ਕੱਢਤਾ ਹੋਵੇ ਵੀ ਇਹ ਅੰਦਰ ਜਾ ਕੇ ਬੋਲਣਗੇ, ਮੀਡੀਆ ਨੂੰ ਪਤਾ ਲੱਗੂਗਾ ਇਹ ਸੱਚ ਬੋਲਣਗੇ। ਸੋ ਆਪਦੇ ਆਪਦੇ ਮਨਪਸੰਦ ਵਾਲੇ ਇਕੱਠੇ ਕਰਕੇ ਜਿਹੜੇ ਨੇ ਉਹ ਇਹਨਾਂ ਨੇ ਅੱਜ ਭਾਸ਼ਣ ਕਰਾ ਲਿਆ। ਰਾਸ਼ਟਰਪਤੀ ਦਾ ਭਾਸ਼ਣ ਨਹੀਂ ਹੁੰਦਾ, ਉਹ ਸਰਕਾਰ ਨੂੰ ਲਿਖ ਕੇ ਦਿੰਦੀ ਹੈ, ਉਹ ਪੜ੍ਹ ਦਿੰਦੇ ਆ। ਤੁਸੀਂ ਤਾਂ ਪਹਿਲਾਂ ਕਹਿ ਚੁੱਕੇ ਅਸੀਂ ਬਾਈਕਾਟ ਕਰਦੇ ਨੇ, ਕੱਲ੍ਹ ਹੀ ਕਹਿ ਤਾ ਸੀ? ਨਹੀਂ ਨਹੀਂ, ਬਾਈਕਾਟ ਦਾ ਅਸੀਂ ਕੋਈ ਫੈਸਲਾ ਨਹੀਂ ਕੀਤਾ ਸੀ, ਉਹ ਤਾਂ ਕਾਂਗਰਸ ਵਾਲੇ ਕਰਦੇ ਸੀ ਕਿ ਅਸੀਂ ਬਾਈਕਾਟ ਕਰਾਂਗੇ, ਹੋਰ ਵੀ ਕਰਨਗੇ। ਬਾਈਕਾਟ ਦਾ ਕੀ ਫਾਇਦਾ, ਬਾਹਰ ਬੈਠੇ ਰਹਾਂਗੇ, ਸਰਕਾਰ ਆਪਦਾ ਕੰਮ ਕਰ ਲੂਗੀ, ਅੰਦਰ ਉਹਦਾ ਕੀ ਫਾਇਦਾ? ਅੰਦਰ ਜਾ ਕੇ ਵਿਰੋਧ ਕਰੀਏ, ਚੁਣ ਕੇ ਭੇਜਿਆ ਲੋਕਾਂ ਨੇ, ਅਸੀਂ ਕਰਦੇ ਰਹਾਂਗੇ ਭਵਿੱਖ ਦੇ ਵਿੱਚ ਵੀ, ਜਦੋਂ ਬਜਟ ਸੈਸ਼ਨ ਚੱਲੂਗਾ, ਜਦੋਂ ਮੌਕਾ ਮਿਲੂਗਾ ਕਿਸਾਨਾਂ ਦੇ ਹੱਕ 'ਚ ਆਵਾਜ਼ ਉਠਾਵਾਂਗੇ। ਅਤੇ ਸਰਕਾਰ ਨੂੰ ਇਹ ਪੁਰਜ਼ੋਰ ਬੇਨਤੀ ਵੀ ਕਰਾਂਗੇ ਅਤੇ ਪ੍ਰੈਸ਼ਰ ਵੀ ਪਾਵਾਂਗੇ ਕਿ ਭਾਈ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਓ, ਕਿਉਂਕਿ ਅੰਨਦਾਤਾ ਜਿਹੜਾ ਉਹ ਸੜਕਾਂ 'ਤੇ ਬੈਠਾ ਹੈ, 2 ਮਹੀਨੇ ਹੋ ਗਏ। ਤੁਸੀਂ ਹੁਣ ਆਪਣੀਆਂ ਸਾਜ਼ਿਸ਼ਾਂ ਜਿਹੜੀਆਂ ਇੱਧਰ ਉੱਧਰ ਵਾਲੀਆਂ ਉਹ ਬੰਦ ਕਰੋ, ਇਹ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ। ਗੈਰ ਮਨੁੱਖੀ ਬਿਹੇਵ ਕਰ ਰਹੇ ਆ, ਟਕੈਤ ਸਾਹਿਬ ਨਾਲ ਕੱਲ੍ਹ ਰਾਤ ਕੀ ਹੋਈ ਹੈ, ਠੀਕ ਹੈ ਜੀ? ਉਹਨਾਂ ਦੇ ਉੱਥੇ ਜਿਹੜੇ ਬੈਠੇ ਨੇ ਉਹਨਾਂ ਦਾ ਪਾਣੀ ਯੂਪੀ ਸਰਕਾਰ ਨੇ ਬੰਦ ਕਰਤਾ, ਉਹਨਾਂ ਦੀ ਬਿਜਲੀ ਸਪਲਾਈ ਕੱਟਤੀ, ਉਹਦੇ ਪੋਰਟੇਬਲ ਟਾਇਲਟ ਚੱਕ ਕੇ ਲੈ ਗਏ, ਤਾਂ ਅੱਧੀ ਰਾਤ ਨੂੰ ਅਰਵਿੰਦ ਕੇਜਰੀਵਾਲ ਜੀ ਨੇ ਪ੍ਰਬੰਧ ਕਰਤਾ। ਅਸੀਂ ਉਹਨਾਂ ਨੂੰ ਇਹ ਕਹਿੰਦੇ ਕਿ ਜਿਹੜੇ ਸ਼ਾਂਤੀਪੂਰਵਕ ਬੈਠੇ ਨੇ ਉਹਨਾਂ ਨੂੰ ਕੰਮ ਕਰ ਲੈਣ, ਦੇਖੋ ਕਿ ਸਾਡੀ ਪਾਰਟੀ ਵੀ ਅੰਦੋਲਨ 'ਚੋਂ ਨਿਕਲੀ, ਅਸੀਂ ਅੰਦੋਲਨਕਾਰੀਆਂ ਦੀ ਭਾਵਨਾਵਾਂ ਦਾ ਆਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਇਹਦੇ ਨਾਲ ਹੁਣ ਸੋਮਵਾਰ ਨੂੰ ਬਜਟ ਪੜਿਆ ਜਾਣਾ, ਉਸ ਦਿਨ ਫਿਰ ਦੀ ਕੀ ਤਿਆਰੀ? ਉਸ ਦਿਨ ਵੀ ਪ੍ਰਧਾਨ ਮੰਤਰੀ ਜਾਂ FM ਨਾਲ
सामने हो गए उस दिन तो कोई रोकेगा नहीं तुहानू, उस दिन किस तरह चक्कू? बिल्कुल जावांगे, जो बजट पढ़िया जाऊगा असं दसांगे, असं उन्होंने दसांगे कि किसानों का बजट खेती का बजट कितना रखते हो, पूंजीपतियों के तो माफ़ कर देने लखा करोड़ रुपया, किसानों के कर्जे माफ़ करने बारे क्यों क्यों नहीं बजट के कोई गल आती? पिछली बार भी बजट का विरोध किया कि तुम आम लोगों की रोटी खोली, आम लोग जोड़े ने उन्होंने जीना मुश्किल होया पे, तो अमीर होर अमीर हो ही जाता, गरीब होर गरीब हो ही जाता। असं पार्लीमेंट जो भी मौका मिलेगा जावे। राष्ट्रपति होर ने अब अपने अभिभाषण कहता कि ये ठीक है चीज़, ये फॉर्मुला जो बनाए ठीक बनाए हुए। मैं तुम्हें पहले दसिया कि राष्ट्रपति का आपका भाषण तो होंगे ही नहीं, वह सरकार जी लिख के दिंदी है, वो पढ़ देंगे वो। सो इस करके राष्ट्रपति जी ने साइन किए, इनू मौत का वरंट कह रहे किसान, तो मौत के वरंट च सरकार कहती है सोधा करा लो, मौत के वरंट च सोधा थोड़ी होंगे, मौत का वरंट तो वापस होगा तो जिंदगी बचेगी तो जान बचेगी। सो वापस जिन्ना चिर कानून नहीं होंगे असी गैर राजनीतिक रह के भी तो इतने पार्लीमेंट के जोड़ा लोग सभा लोगों के चुने हुए नुमाइंदे होंगे हुए असं विरोध करते रहेंगे। अकाली दल वाले भी नज़र आ रहे बाहर खड़े होकर तख्तियां लैके खड़े ही, वही गलबात कुछ दिखे तो? मैनू तो नहीं दिखे, पर अकाली दल तो उदो नाल ही सी जो ऑर्डिनेंस आया 5 जून कैबिनेट मिनिस्ट्री के तौर पर बैठे से, फूड प्रोसैसिंग मिनिस्ट्री तो सलाह भी ली गई होनी, वह भी हाँ पक्की है, ठीक है 2.5 महीने सारा टब्बर तारीफ भी करता रहा कि बहुत वधिया बिल ने, तो हुण वह तख्तियां चक्की फिरदे आ, लोग नहीं यकीन करनगे। आखिरी सवाल, इस सैशन दे विच हुण कुछ करा के जाओगे मतलब है? असीं आपदे वल्लों विरोध करांगे इन्हां काले कानूनां दा, असीं लोकां दे हक की आवाज़ चुकते रहांगे, उहदे वास्ते भावें सानूं बाहर कढ देण, सानूं सस्पेंड कर देण, जो मर्जी कर देण, पर असीं लोकां दे चुणे होए आ ते लोकां दे हक च बोलदे रहांगे। भगवंत मान कह रहे हैं कि ये जिहड़ा सैशन है इहदे विच आपां कुछ ना कुछ करांगे, नारेबाजी करांगे, भावें बाहर कढ देण अंदर कर देण जो करना करें, पर आपां आवाज़ चकते रहांगे। अज इन्हां नूं राष्ट्रपति अभिभाषण दे विच बढ़न नहीं दित्ता सी। दिल्ली तो कह रहा हूं लक्षण वाले दिन वांदे एक्सप्रेटी। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठगा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मियां रफीक मोहम्मद, मोबाइल 84374 94647, 84374 94648।